ਸਾਸਵੀਂ ਮੌਤ ਕਿਸੇ ਪੁਰਸ਼ ਨੂੰ ਵੀ ਨਹੀਂ ਹੈ, ਪਿਆਰੀ ਨਹੀਂ ਹੈ। ਮੌਤ ਤੋਂ ਬੜੇ ਬੜੇ ਸੂਰਮੇ, ਬੜੇ ਬੜੇ ਯੋਧੇ, ਬੜੇ ਬੜੇ ਬਲੀ, ਬੜੇ ਬੜੇ ਰਾਜ ਮੌਤ ਤੋਂ ਵੀ ਦੱਸਦੇ। ਮੌਤ ਨੂੰ ਇਹ ਚਾਹੁੰਦਾ ਹੈ, ਇੱਕ ਰੱਬੀ ਬੰਦਾ ਚਾਹੁੰਦਾ, ਕਿਉਂ? ਉਹ ਮੌਤ ਦੀ ਹੱਦ ਤੋਂ ਪਰੇ ਹੋ ਚੁੱਕਾ। ਮੌਤ ਦੀ ਪਹੁੰਚ ਉੱਥੇ ਤੱਕ ਨਹੀਂ, ਮੌਤ ਦੀ ਪਹੁੰਚ ਸਿਰਫ ਜਿਸਮ ਤੱਕ ਹੀ ਹੈ। ਉਹ ਜਿਸਮ ਤੋਂ ਉੱਚਾ ਉੱਠ ਕੇ ਆਤਮਾ ਦੇ ਵਿੱਚ ਜੁੜ ਚੁੱਕਿਆ, ਉੱਥੇ ਮੌਤ ਦੀ ਪਹੁੰਚ ਨਹੀਂ ਹੈ। ਇਸ ਕਰਕੇ ਹੀ ਉਹ ਮੌਤ ਨੂੰ ਚਾਅ ਨਾਲ ਉਡੀਕਦਾ ਹੈ, ਜਿਵੇਂ ਇਉਂ ਕਬੀਰ ਜੀ ਦਾ ਕਥਨ ਹੈ, ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਕਿਉਂ? ਉਹ ਪੁਰਸ਼ ਮੌਤ ਨੂੰ ਚਾਹੁੰਦੇ ਹਨ, ਬਾਕੀ ਅਗਿਆਨ ਵਸ ਹੋ ਕੇ ਉਹ ਮਾਇਆ ਦੇ ਅਧੀਨ ਦੁਨੀਆਵੀ ਪਦਾਰਥਾਂ ਨੂੰ ਸੱਚ ਜਾਣ ਖਚਿਤ ਹੋਇਆ ਪੁਰਸ਼ ਮੌਤ ਤੋਂ ਡਰਦਾ ਹੈ।